बढ़िया आवाज नहीं आई थोड़ी। इतिहास की वो शर्मनाक घड़ी जो दुनिया की सब तो फड़ी लिखी ते सभ्यता खवाउण वाली गोरी कौम दे हाकमां ने कल दे मुंडे भगत सिंह दी लोकप्रियता तो घबरा के उसनू रातों रात चोरा वांग फाहे ला दिता। चंगी तरह साफ करी केंद्र इन्हों कोठिया च किसी खास कैदी ने रहना रहना तो यू आखदे साहब बहादुर भाई जिवे साहब की कोठी हो साहब की कोठी नहीं एक काल कोठड़ी है काल कोठड़ी इतने उन्होंने बंदे नूं पहले ही पता होंगे भाई मैं चंद दिनों का मेहमान हाँ बंदी होवे भावे चंगी दिने कटने आखे साफ सुथरी होनी चाहिए है मैं इतने पिया बंदा भला घटा देखूंगा ओए उन्हूं तां मौत तो सिवा कुछ नजर ही नहीं आना चलो आपां नूं की साहब ने कहा साफ कर दे तां कर दिंदे आ आखे फौजिया लड़ेगा ਹੋਰ ਦੱਸ ਆਪਾਂ ਨੂੰ ਕੰਮੇ ਕੀ ਹੈ ਉਹ ਸਫਾਈ ਵੀ ਕਰਦਾ ਕੋਈ ਗੱਲ ਨਹੀਂ ਬਣੀ ਜਾਂਦਾ ਛੇਤੀ ਕਰਾ ਵੱਡੇ ਸਾਹਿਬ ਨੇ ਆਉਣਾ ਮੈਂ ਕਿਹਾ ਫਿਕਰ ਕਿਉਂ ਕਰਦੇ ਹੋ ਸਾਹਿਬ ਬਹਾਦਰ ਆਪਾਂ ਉਹਨੇ ਲਟਕਾ ਦੇਣੇ ਕੁੱਕਿਆਂ ਦੇ ਡੋਲਾ ਨੂੰ ਪਰ ਸਾਹਿਬ ਬਹਾਦਰ ਅੱਗੇ ਤਾਂ ਇੱਥੇ ਲੱਖਾਂ ਕੈਦੀਆਂ ਹੈ ਜੀ ਲੱਖਾਂ ਹੀ ਚਲੇ ਗਏ ਅੱਗੇ ਤਾਂ ਇੰਨੀਆਂ ਭਾਜੜਾਂ ਪਈਆਂ ਨੇ ਅੱਜ ਕਿਵੇਂ ਭਲਾ ਉਹ ਤੈਨੂੰ ਪਤਾ ਇਹਨਾਂ ਕੋਠੀਆਂ ਕਿਹਨੇ ਆਉਣਾ ਹੈ ਕਿਹਨੇ ਜੀ ਸਰਦਾਰ ਭਗਤ ਸਿੰਘ ਦੇ ਸਾਥੀਆਂ ਰਾਜਗੁਰੂ ਦੇ ਸੁਖਦੇਵ ਨੇ ਅੱਛਾ ਟ੍ਰਿਬਿਊਨਲ ਨੇ ਇੱਕ ਤਰਫਾ ਫੈਸਲਾ ਕਰ ਦਿੱਤਾ ਹਾਂ ਪਰ ਇਹ ਐਸੇ ਮਾਈ ਦੇ ਲਾਲ ਅਦਾਲਤ ਜਾ ਕੇ ਪੈਰ ਨਹੀਂ ਪਾਇਆ ਬਾਈਕਾਟ ਕਰ ਦਿੱਤਾ ਮੌਤ ਕਬੂਲੀ ਮੌਤ ਕਬੂਲੀ ਨਾ ਹੁਣ ਇੱਥੇ ਉਹਨਾਂ ਨੂੰ ਜੇਲ੍ਹ ਦੀ ਕਾਲ ਕੋਠੜੀ ਚ ਇਨਸਾਫ ਮਿਲ ਜੂਗਾ ਓਏ ਇਨਸਾਫ ਨਹੀਂ ਮਿਲ ਜੂ ਤੈਨੂੰ ਪਤਾ ਸਾਰੇ ਦੇਸ਼ ਵਿੱਚ ਜਲਸੇ ਜਲੂਸ ਨਿਕਲ ਹੈ ਭਗਤ ਸਿੰਘ ਦੇ ਸਾਥੀਆਂ ਨੂੰ ਫਾਂਸੀ ਨਾ ਦਿੱਤੀ ਜਾਵੇ ਪਰ ਇਹ ਇੱਧਰ ਜੇਲ੍ਹ ਦਾ ਹੀ ਡਰਦੇ ਨੇ ਕਿ ਸਾਡੇ ਤੇ ਕੋਈ ਜ਼ਿੰਮੇਵਾਰੀ ਨਾ ਆਵੇ ਇਹਨਾਂ ਦਾ ਕੀ ਹੈ ਅਰਜਨ ਤਾਂ ਨਿੱਕੀ ਜੀ ਗੱਲ ਚੜ ਜਾਣਾ ਅੱਗੇ ਖਾਣਾ ਚੰਗਾ ਨਹੀਂ ਮਿਲਦਾ ਆਹ ਸੂਤ ਚਾਹੀਦੀ ਹੈ ਆਹ ਸੂਤ ਚਾਹੀਦੀ ਹੈ ਉਹ ਪਿੱਛੇ ਨਹੀਂ ਦੇਖਿਆ ਮਿਆਲੀ ਜੇ ਤੇਰਾ ਕੀ ਛਾਪਾ ਪਾਇਆ ਸੀ ਕੀ ਕਰਤਾ ਸੀਗਾ ਜੀ ਉਮਰੇ 114 ਦਿਨ ਭੁੱਖੜਦਾ ਰਹੀ ਸੀ 114 ਦਿਨ ਓਏ ਇਹਨਾਂ ਦਾ ਇੱਕ ਸਾਥੀ ਜਤਿੰਦਰ ਨਾਥ ਵਿੱਚੇ ਤੋਂ ਟੁੱਟ ਗਿਆ ਸੀ ਫੇਰ ਤਾਂ ਬਾਲੇ ਕੱਪੇ ਆ ਜੀ ਇਹ ਉਹ ਕੱਪੇ ਨਹੀਂ ਖੂਖਾ ਵੀ ਦੇਖਿਆ ਨਹੀਂ ਸਾਡਾ ਦਾ ਕਿਵੇਂ ਮਿੰਟਾਂ ਭੁੱਖਾ ਜਿੱਤ ਕਰ ਦਿੱਤਾ ਸੀ ਆ ਵੱਡੇ ਸਾਹਿਬ ਤੋਂ ਕੀ ਕਸੂਰ ਹੋ ਗਿਆ ਸੀਗਾ ਜੀ ਓ ਲਾਲਾ ਲਾਜਪਤ ਰਾਈ ਨਹੀਂ ਮਰ ਗਏ ਡਿੱਪੀਆਂ ਡਾਂਗਾਂ ਨਾਲ ਇਹ ਕਹਿੰਦੇ ਅਸੀਂ ਬਦਲਾ ਜ਼ਰੂਰ ਲੈਣਾ ਓ ਭੰਨਿਓ ਮਾਜੇ ਸ਼ੇਰ ਓਏ ਕੀ ਆਖੇ ਨੌਕਰੀ ਕਰਨ ਦਾ ਰਤਾ ਹੈ ਕਿ ਨਹੀਂ ਗੁੱਸਾ ਨਾ ਕਰਿਓ ਸਾਬਾਦਰ ਕੰਮ ਤਾਂ ਮੁੰਡਿਆਂ ਨੇ ਸ਼ੇਰਾਂ ਵਾਲਾ ਹੀ ਕੀਤਾ ਓ ਚੁੱਪ ਕਰ ਮੈਨੂੰ ਹੀ ਮਰਾਏਗਾ ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਚੋਲਾ ਮਾਏ दुश्मन भी देंदे ने जवानी सदा देखा बन रही जवान रुत ही कारनामा हो सकता है खान साहब ਬੁੱਢੇ ਲੀਡਰਾਂ 'ਚ ਮਰਨ ਦਾ ਹੌਸਲਾ ਕਿੱਥੇ ਇਹ ਤਾਂ ਬਸ ਬੈਠ ਕੇ ਗੋਲ ਮੇਜ ਕਾਨਫਰੰਸਾਂ ਕਰਨ ਜੋਗੇ ਨੇ ਇਹ ਕੰਮ ਨੌਜਵਾਨਾਂ ਦੇ ਹਿੱਸੇ ਆਇਆ ਪਰ ਤੁਹਾਡੇ ਜਿਹੇ ਨੌਜਵਾਨਾਂ ਦੀ ਇਸ ਦੇਸ਼ ਨੂੰ ਜ਼ਰੂਰਤ ਹੈ ਅਸੀਂ ਦੇਸ਼ ਦੀ ਜ਼ਰੂਰਤ ਪੂਰੀ ਕਰ ਰਹੇ ਹਾਂ ਮਸਕੇ ਨਹੀਂ ਜੀ ਕੇ ਅਸੀਂ ਆਪਣੇ ਹਿੱਸੇ ਦਾ ਕੰਮ ਮੁਕਾ ਦਿੱਤਾ ਤੇ ਜੋ ਪਿੱਛੇ ਰਹਿ ਗਏ ਇਹ ਆਪਣਾ ਫਰਜ਼ ਨਿਭਾਉਣਗੇ ਭਗਤ ਸਿੰਘ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਪਰ ਫਿਰ ਵੀ ਮੈਂ ਤੁਹਾਨੂੰ ਅਪੀਲ ਕਰਨ ਦੀ ਸਲਾਹ ਜ਼ਰੂਰ ਦਿਆਂ ਮੈਂ ਤੁਹਾਡੀ ਹਮਦਰਦੀ ਲਈ ਸ਼ੁਕਰਗੁਜ਼ਾਰ ਹਾਂ ਖਾਨ ਸਾਹਿਬ ਪਰ ਤੁਸੀਂ ਸਮਝ ਨਹੀਂ ਰਹੇ ਕਿ ਤੁਸੀਂ ਸਾਨੂੰ ਕੀ ਕਰਨ ਦੀ ਸਲਾਹ ਦੇ ਰਹੇ ਹੋ ਅਸਲ 'ਚ ਤੁਸੀਂ ਸਾਡਾ ਮਨੋਰਥ ਨਹੀਂ ਸਮਝ ਸਕੇ ਅਸੀਂ ਮੌਤ ਦੀ ਸਜ਼ਾ ਤੋਂ ਬਚਣ ਲਈ ਅਦਾਲਤ ਦੇ ਰਾਹ 'ਚ ਰੋਕਾਂ ਨਹੀਂ ਸੀ ਪਾ ਰਹੇ ਸਗੋਂ ਆਪਣੇ ਹੀ ਢੰਗ ਨਾਲ ਕੌਮੀ ਜਾਗਰਤੀ ਦਾ ਪ੍ਰਚਾਰ ਕਰ ਰਹੇ ਸੀ ਅੰਗਰੇਜ਼ੀ ਕਾਨੂੰਨ ਦਾ ਮਖੌਲ ਉਡਾ ਰਹੇ ਸੀ ਮੇਰਾ ਮੈਂ ਤੁਹਾਡਾ ਮਤਲਬ ਚੰਗੀ ਤਰ੍ਹਾਂ ਸਮਝਦਾ ਖਾਨ ਸਾਹਿਬ
तुसी सानू दुश्मन तो भीख मंगण की सलाह ना दो। असी अपने प्यारे वतन की आजादी के परवाने हाँ। जेकर अज असी एक कमजोरी विखा गए तो आने वाली नस्ल सानू कदे माफ नहीं करनगियां। जेकर अज देश का कोई स्वास सकती है ना खान साहब तो वह साड़ी मौत ही है। भगत सिंह मैं तुहानू नहीं समझा सकता। एक जेलर होने के नाते जो कुछ भी मैं तुहानू कहा वह कानून की नजर संगीन जुर्म है। तो मैं पहले बहुत कुछ कह चुका। मैं तो यह सोच के कम बजाना कि जिस जेल के फांसी के तख्ते से तुम हो लो मैं इसका जेलर होगा। और खुरदार जरा ठंडे दिल सोचो। शुक्रिया खान साहब। फिलहाल तुम इन्नी मेहरबानी कर दौ जड़िया मेरिया किताबा बैग च रह गई ने उन्होंने मेरे तक पहुंचा दौ। असा मौत नूं गले है लाया असा मौत नूं गले है लाया के कौम विच जिंद पै जावे के कौम विच जिंद पै जावे। असा मौत नूं सानू दस गया शेर सराबा सानू दस गया शेर सराबा। ओए हस हस जिंद वारनी ओए हस हस जिंद वारनी सानू दस गया। इस तरह मजदूर जमात सरमाएदारी से वार करेगी ते उसका मलिया मेट कर देगी। तो की कसूर हो गया मैं तो सफाई करना है सिगा भाई। की गम तू कम क्यों रहे तू मलिया मेट कर दिया धमकियां जो दे रहे हैं। धमकियां हाँ। तू सफाई करना है आहो पर तू बस मेरे ते मेहरबानी रख। की गल तू इना डरता क्यों है। ओए तेथो सारी डरदे तू बड़े साहब दा लिहाज नहीं किता ठा गोली कट मारी मैं तेरे बाग दी मुड़ी आ भाई। तू हस भी लेना क्यों मैनू हसना नहीं आउंदा। मैं तां सुणिया तू बड़ा खूंखार है। ओए पर तेरे लिए नहीं। चंगा भाई मैनू जान दे फिर। की गल सफाई नहीं करनी चल छड़ मैनू ये दस भी ना की है तेरा। ना तो सरदारा मेरा बोग है पर तेनू तेरे फायदे की गल दसा। हाँ हाँ दस। अपने हाथ चक ले मेरे मोटे तो। हाथ चक ला वो क्यों। तू पिटिया जाएगा। मैं पिटिया जाऊंगा वो किमें। सरदारा असी नीवी जात दे लोग जो होए। नीवी जात दे लोग मैं कुछ समझा नहीं। सरदारा असी आ लोकां दा गंद चक के गुजारा करदे आ ना। ओए गंद चुकण नाल भला कोई नीवा हो जांदा है। सगों सानू शुक्र गुजार होना चाहिदा उस बंदे दा मां साडा बचपन च गंद चुकदी है ताकि ओह नीवी जात दी हो जांदी है ताकि ओह मां नहीं रहिंदी। अदालत दे फैसले तो बाद तो कोई दुश्मनी खुश हो सकता भगत सिंह पर साडे लई ना खुश होने वाली कोई गल नहीं है। असी तो पहले ही ये तैयार सी सो मौत नूं खड़े मत्थे प्रवान कर चुके हैं। हो सुनाओ डिफेंस कौंसल वालों की सुख सुनेहा लेके आए हो। मैं डिफेंस कौंसल वालों एक खास मिशन इस तो पहला कि तुम अपनी अगली गल कहो मैं अपने ते अपने साथियों वालों डिफेंस कौंसल का तहे दिलों धन्यवाद करना चाहना।
उन्होंने मुकदमे की डट के पहलवाई नहीं की, सगों दूर दराज तो आए मुलाकातियों के लिए रिहायश से खाण पीन का प्रबंध भी किया। और तुम दसो की कह रहे थे? डिफेंस कौंसल ने फैसला किया कि रहम की अपील की जाए। भगत सिंह तुम मेरी गल गंभीरता न सुनो, तो रूप देख के मैनू डर लगता है। तुम अपनी गल कहो मेहता साहब। भगत सिंह, गांधी जी थोड़े लिए बहुत यत्न कर रहे हैं, तो उन्होंने यत्न सफल हो सकते हैं जेकर उन्होंने तुहाडा सहयोग मिले। तो हुण गांधी जी साडे कोलों किहड़ा सहयोग मंगदे आ बई? भगत सिंह, तुसीं इह गल तां मंगदे हो ना कि भारत की आजादी बहुती दूर नहीं? जरूर, यही विश्वास तां साडी प्रेरक शक्ति बनिया होया। तां फिर आजाद भारत नूं तुहाडी जरूरत है, बल्कि बहुत जरूरत है। आजाद भारत का निर्माण तुहाडे तों चंगा होर कौन करेगा? इह किहो जिहियां गल्लां करदे हो मेहता साहब? असी तां भारत की आजादी के नीह पत्थर हां, उपरली इमारत बाद वाले लोग बनाउणगे, उहदा फिक्र करना साडा कम नहीं। ठीक है मेरे बहादुर दोस्त, पर इस इमारत की नींह तुसी रखी है, ते जो इमारत की नींह रखता है वही इमारत की मजबूती का ठीक अनुमान लगा सकता है, इसलिए उपर वाली इमारत भी तुसी बनाओगे। बस ये उसने है डिफेंस कौंसल दा। जी हाँ, पर तुसी मेरी गल गंभीरता नाल नहीं लै रहे। अच्छा, मैनू एक गल का जवाब दो। किस गल का? कि तुहाडा अपने जीवन से व्यक्तिगत अधिकार है जां तुसी अपने जीवन नू देश की अमानत मानते हो? वकीलां दीआं गल्लां ना करो मैं तां साफ 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 कहो जो कहना है। मैं कहना चाहना कि तुहाडा जीवन देश की अमानत है, ते देश की जनता चाहती है तुसी गांधी जी दे हथ मजबूत करने लिए वायसराय दे नाम एक रहम की अपील भेजो। तुसी किस तरह दे रहम की अपील चाहते हो? मैनू गलत ना समझना मेरे बहादुर दोस्त, असी इस तरह का कोई काम नहीं करांगे जिस नाल तुहाडी बहादुरी नूं बट्टा लगे। अज रात मीटिंग विच असी एक ड्राफ्ट तैयार करांगे जिहड़ा कल मैं तुहाडे पास ले आवांगा। रहम की अपील तो असी भी तैयार कर लईए मेहता साहब, इहदे च कोई शक नहीं कि साडे मुकदमे ने तुहानूं एक सफल वकील जरूर बना दिता है। याद रखना, दोस्तां दा एहसान ना भुलना। एड्डा कठोर मखौल ना कर यार, तूं इहदे च कोई शक है? नहीं। चलो मैनूं दिखाओ कित्थे है रहम की अपील। अपील तो वायसराय नूं भेजी जा चुकी है मेहता साहब। हाँ, उहदी नकल जरूर है मेरे कोल। हलो, साढ़े विरुद्ध सब तो वड्डा दोष यह लाया गया कि असी सम्राट जॉर्ज पंजवें विरुद्ध संघर्ष किया है। तुसी तां वकीलां वांगू इहनूं घोखण लग गए हो मेहता साहब। साडी अपील ऐदां पढ़ी जाएगी, असी यह कहना चाहते हाँ कि युद्ध छिड़िया होया है, ते लड़ाई उदों तक चलती रहेगी जदों तक शक्तिशाली व्यक्ति भारतीय जनता अते मेहनत कश लोगों की आमदन के साधनों से अपना अधिकार रखणगे, चाहे वह अंग्रेज पूंजीपति होण जां फिर भारतीय पूंजीपति जिन्हां ने आपस में मिलकर लुट मचा रखी है, चाहे शुद्ध भारतीय पूंजीपतियां राही गरीब लोगों का खून क्यों ना चूसा जा रहा होवे। यह अपील है? अपील के भाषण में फर्क आता भगत सिंह। अच्छा, तो तुम अपील वाला हिस्सा सुनना चाहते हो? लो सुनो, असी आप जी ने प्रार्थना करते हैं कि आपकी सरकार की ही अदालत के फैसले अनुसार साडे विरुद्ध जंग जारी रखण का दोष है। इस स्थिति में असी जंगी कैदी हाँ, तो इस आधार से असी आप जी तो मंग करते हैं कि साडे नाल जंगी कैदियों वाला सलूक किया जाए, तो सानू फांसी देने की बजाय गोली नाल लगा दिता जाए। भगत सिंह, सारे मना जुलम तो मंगना, ओ सारे मना जुलम तो मंगना, के बंद बंद कट जावना, असारे मना ओ सारे मना, ओ सारे मना जुलम तो मंगना, के बंद बंद कट जावना, असारे मना ओ सारे मना। तेन पता जी भारत की वर्तमान लड़ाई है ना, बहुत ही मत श्रेणी के सिर ते लड़ी जा रही है, जिहदा उद्देश सीमित है। सरदारा, मेरे पल्ले पैना कुछ जे मेरे ने गल करनी है ना बई, तो सिद्ध पादरी जी गल कर। ओही
ਕਿ ਸਾਡੇ ਲੀਡਰ ਦੁਕਾਨਦਾਰਾਂ ਤੇ ਪੂੰਜੀਪਤੀਆਂ ਨਾਲ ਮਿਲ ਕੇ ਇੰਗਲੈਂਡ ਸਰਕਾਰ ਤੇ ਦਬਾਅ ਪਾ ਕੇ ਕੁਝ ਸਾਂਝੀਆਂ ਰਹਿਤਾਂ ਲੈਣੀਆਂ ਚਾਹੁੰਦੇ ਨੇ। ਪਰ ਜਿੱਥੋਂ ਤੱਕ ਕਰੋੜਾਂ ਮਜ਼ਦੂਰਾਂ ਤੇ ਕਿਸਾਨਾਂ ਦਾ ਸੰਬੰਧ ਹੈ ਨਾ, ਜਿਹਦੇ ਚ ਤੂੰ ਵੀ ਸ਼ਾਮਲ ਹੈ, ਆਹੋ ਉਹਨਾਂ ਦੀ ਮੁਕਤੀ ਇਸ ਤਰ੍ਹਾਂ ਨਹੀਂ ਹੋ ਸਕਦੀ। ਜੇਕਰ ਦੇਸ਼ ਦੀ ਲੜਾਈ ਲੜਨੀ ਹੈ ਤਾਂ ਆਮ ਜਨਤਾ ਨੂੰ ਅੱਗੇ ਆਉਣਾ ਪਏਗਾ। ਪਰ ਸਾਡੇ ਲੀਡਰ ਇੱਦਾਂ ਦਾ ਕੁਝ ਨਹੀਂ ਚਾਹੁੰਦੇ, ਇਸੇ ਲਈ ਅਸੀਂ ਕਹਿੰਦੇ ਹਾਂ ਕਿ ਇਹ ਪੂਰਾ ਇਨਕਲਾਬ ਨਹੀਂ ਚਾਹੁੰਦੇ। ਸਰਦਾਰਾ ਹਾਂ ਬਈ, ਇੱਕ ਗੱਲ ਹੀ ਤੇਰੀ ਸਮਝ ਲੱਗਦੀ ਮੈਨੂੰ, ਇੱਕ ਪਾਸੇ ਤਾਂ ਇਹ ਆਟੂਆ ਲੀਡਰਾਂ ਦੇ ਖਿਲਾਫ ਬੋਲੀ ਜਾਂਦਾ ਤੇ ਦੂਜੇ ਪਾਸੇ ਆਹ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਕਰਕੇ ਆ ਕੋਠੀ ਲੱਗਿਆ ਬੈਠਾ। ਨਾ ਲਾਲਾ ਜੀ ਵੀ ਤਾਂ ਉਹਨਾਂ ਲੀਡਰਾਂ ਚੋਂ ਇੱਕ ਸੀਗੇ। ਫਰਕ ਤਾਂ ਪਿਓ ਪੁੱਤਰ ਵਿੱਚ ਵੀ ਹੁੰਦਾ ਹੀ ਆ ਬੋਕਿਆ। ਹਾਂ ਇਹ ਗੱਲ ਜ਼ਰੂਰ ਹੈ ਕਿ ਲਾਲਾ ਜੀ ਨਾਲ ਸਾਡੇ ਮਤਭੇਦ ਜ਼ਰੂਰ ਸਨ, ਪਰ ਉਹ ਸਾਡੇ ਬਾਪੂ ਵੀ ਸਨ। ਜਵਾਨ ਪੁੱਤਾਂ ਦੀ ਮੌਜੂਦਗੀ ਵਿੱਚ ਬੁੱਢੇ ਬਾਪ ਤੇ ਕੋਈ ਵਾਰ ਕਰੇ ਤੇ ਉਹਦੀ ਸੱਟ ਨਾਲ ਬਾਪ ਮਰ ਜਾਏ ਤੇ ਪੁੱਤਾਂ ਦਾ ਖੂਨ ਨਾ ਉਬਲੇ ਤੇ ਆਪਣੇ ਬਾਪ ਦੀ ਮੌਤ ਦਾ ਬਦਲਾ ਨਾ ਲੈਣ, ਉਹ ਲਾਣਤ ਇਹੋ ਜਿਹੇ ਪੁੱਤਾਂ ਤੇ। ਇਹ ਗੱਲ ਤਾਂ ਤੂੰ ਜਮਾਂ ਖਰੀ ਆਖੀ ਨਹੀਂ ਸਰਦਾਰਾ, ਪਰ ਬਾਈ ਮੈਨੂੰ ਤੂੰ ਇੱਕ ਗੱਲ ਦੱਸ। ਹੈਂ ਮੈਂ ਤਾਂ ਸੁਣਿਆ, ਪਰ ਬਾਈ ਤੂੰ ਮੈਨੂੰ ਇੱਕ ਗੱਲ ਦੱਸ। ਮੈਂ ਸੁਣਿਆ ਬਈ ਤੁਹਾਡੀ ਪਾਰਟੀ ਵਾਲੇ ਤਾਂ ਰੱਬ ਰੂਪ ਨੂੰ ਮੰਨਦੇ ਨਹੀਂ ਹੈਗੇ, ਬਈ ਜੇ ਤੁਹਾਡਾ ਰਾਜ ਆ ਗਿਆ ਤੁਸੀਂ ਤਾਂ ਇਹਨਾਂ ਰੱਬ ਨੂੰ ਮੰਨਣ ਵਾਲੇ ਨਾਲ ਬਾਲੀ ਭੈੜੀ ਕਰੋਗੇ ਫਿਰ। ਤੂੰ ਰੱਬ ਨੂੰ ਮੰਨਦਾ? ਹਾਂ। ਤੈਨੂੰ ਤੇਰੇ ਰੱਬ ਨੇ ਕੀ ਦਿੱਤਾ ਵੀ ਇੱਥੇ ਰਹਿ ਕੇ ਬੰਦੇ ਦਾ ਗੰਦ ਚੱਕਦਾ? ਫਿਰ ਕੁਝ ਵੀ ਆਖ ਬਈ ਸਰਦਾਰ, ਰੱਬ ਤਾਂ ਆਸਰਾ ਹੁੰਦਾ ਬੰਦੇ ਦਾ। ਇਹ ਸਭ ਮਨੁੱਖ ਦੀ ਪੁਰਾਣੀ ਸੋਚ ਹੈ ਬੇਬੇ, ਆ ਭੂਤ ਪ੍ਰੇਤਾਂ ਨੂੰ ਮੰਨਣ ਵਾਂਗ। ਬਾਅਦ ਚ ਬਹੁਤੇ ਧਰਮ ਵਾਲਿਆਂ ਨੇ ਜ਼ਾਲਮ ਦਾ ਸਾਥ ਦਿੱਤਾ। ਹਾਂ ਜਿੱਥੋਂ ਤੱਕ ਇਸ ਗੱਲ ਦਾ ਸੰਬੰਧ ਹੈ ਕਿ ਸਾਡੇ ਰਾਜ ਧਰਮ ਧਰਮ ਦੀ ਕੀ ਨੀਤੀ ਹੋਏਗੀ, ਸਾਡੇ ਰਾਜ ਧਰਮ ਹਰੇਕ ਮਨੁੱਖ ਦੇ ਨਿੱਜੀ ਵਿਸ਼ਵਾਸ ਦੀ ਚੀਜ਼ ਹੋਏਗੀ, ਪਰ ਅਸੀਂ ਇਹ ਖੁੱਲ ਕਦੇ ਕਿਸੇ ਨੂੰ ਨਹੀਂ ਦਿਆਂਗੇ ਕਿ ਧਰਮ ਦੇ ਨਾਂ ਤੇ ਮਨੁੱਖ ਮਨੁੱਖ ਨੂੰ ਲੁੱਟੇ ਜਾਂ ਫਿਰ ਮਨੁੱਖ ਮਨੁੱਖ ਦਾ ਹੀ ਖੂਨ ਵਹਾਵੇ। ਸਰਦਾਰਾ ਦੇਖ ਬਾਈ ਗੁੱਸਾ ਨਾ ਕਰ, ਪਰ ਆ ਤੇਰੀ ਖੂਨ ਵਹਾਉਣ ਵਾਲੀ ਗੱਲ ਤਾਂ ਮੈਨੂੰ ਜਮਾ ਔਖੀ ਲੱਗੀ ਬਾਈ। ਤੁਸੀਂ ਤਾਂ ਬਾਈ ਆ ਬੰਬ ਚਲਾਉਣ ਲੱਗਿਆ ਤੇ ਗੋਲੀ ਚਲਾਉਣ ਲੱਗਿਆ ਮਿੰਟ ਨਹੀਂ ਲਾਉਂਦੇ, ਉਹ ਆਪਣੇ ਰਾਜ ਚ ਕਿਵੇਂ ਖੂਨ ਖਰਾਬਾ ਰੋਕੋਗੇ ਭਲਾ? ਤੇਰੀ ਇਹ ਗੱਲ ਬਿਲਕੁਲ ਸਹੀ ਹੈ ਕਿ ਮੈਂ ਅੱਤਵਾਦੀ ਰਿਹਾ ਜੀ। ਕੀ ਰਿਹਾ? ਤੋ ਇਹੀ ਕਿ ਖੂਨ ਖਰਾਬਾ ਕਰਕੇ ਸਰਕਾਰ ਨੂੰ ਡਰਾਉਣ ਧਮਕਾਉਣ ਵਾਲਿਆਂ ਵਿੱਚੋਂ ਇੱਕ ਰਿਹਾ। ਪਰ ਮੈਂ ਇੱਕ ਇਨਕਲਾਬੀ ਹਾਂ ਜਿਸਦੇ ਕੁਝ ਖਾਸ ਉਦੇਸ਼ ਨੇ, ਵਿਚਾਰ ਨੇ ਤੇ ਜਿਹਦੇ ਕੋਲ ਇੱਕ ਲੰਮਾ ਪ੍ਰੋਗਰਾਮ ਹੈ। ਸਰਦਾਰਾ ਉਹ ਬਾਈ ਇਹ ਜਿਹੜੀ ਜੇਲ੍ਹ ਦੀ ਕਾਲ ਕੋਠੜੀ ਹੈ ਨਾ, ਇੱਥੇ ਆ ਕੇ ਸਾਰੇ ਇਹੀ ਕਹਿੰਦੇ ਬਾਈ ਮੈਂ ਤਾਂ ਖੂਨ ਖਰਾਬੇ ਦੀ ਹਮਾਇਤੀ ਨਹੀਂ ਕਰਦਾ। ਤੂੰ ਬਿਲਕੁਲ ਠੀਕ ਆਖਦੀ ਹੈ ਬੇਬੇ, ਪਰ ਭਗਤ ਸਿੰਘ ਤੇ ਗੱਲ ਨਹੀਂ ਟੁੱਕਦੀ। ਮੇਰੇ ਵਿਚਾਰ ਹੁਣ ਵੀ ਉਹੀ ਨੇ, ਮੇਰਾ ਉਦੇਸ਼ ਹੁਣ ਵੀ ਉਹੀ ਹੈ ਜੋ ਜੇਲ੍ਹ ਤੋਂ ਬਾਹਰ ਸੀ। ਸਾਡਾ ਇੱਧਰ ਵਿਸ਼ਵਾਸ ਹੈ ਕਿ ਅਸੀਂ ਸਿਰਫ ਬੰਬ ਤੇ ਪਿਸਤੌਲ ਨਾਲ ਕੋਈ ਲਾਭ ਪ੍ਰਾਪਤ ਨਹੀਂ ਕਰ ਸਕਦੇ। ਬੰਬ ਸੁੱਟਣਾ ਕੇਵਲ ਵਿਅਰਥ ਹੀ ਨਹੀਂ, ਸਗੋਂ ਕਈ ਵਾਰ ਲਹਿਰਲੀ ਹਾਨੀਕਾਰਕ ਵੀ ਹੁੰਦਾ। ਸਾਡਾ ਮੁੱਖ ਉਦੇਸ਼ ਮਜ਼ਦੂਰਾਂ ਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਹੈ, ਤੇ ਜੇਕਰ ਨੌਜਵਾਨ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ, ਮੰਨਿਆ ਕਿ ਇੱਕ ਸਾਲ ਵਿੱਚ ਆਜ਼ਾਦੀ ਤਾਂ ਨਹੀਂ ਆਏਗੀ, ਪਰ ਭਾਰੀ ਕੁਰਬਾਨੀ ਅਤੇ ਤਿਆਗ ਦੇ ਔਖੇ ਇਮਤਿਹਾਨ ਵਿੱਚੋਂ ਲੰਘਣ ਤੋਂ ਬਾਅਦ ਬਿਨਾਂ ਸ਼ੱਕ ਜੇਤੂ ਹੋਣਗੇ। ਇਹ ਇਨਕਲਾਬ ਮਾਰੀਏ ਨਾਰਾ ਜਿੰਦਾਬਾਦ ਬੋਲ ਸਾਥੀਆ, ਇਨਕਲਾਬ ਦਾ ਜਿੰਦਾਬਾਦ ਬੋਲ ਸਾਥੀਆ, ਇਨਕਲਾਬ ਦਾ ਸਾਮਰਾਜ ਦਾ ਸਫਾਇਆ ਕਰ ਦੇਣਾ, ਸਾਮਰਾਜ ਦਾ ਰਾਜ ਦਾ ਸਫਾਇਆ ਕਰ ਦੇਣਾ, ਇੱਕ ਵਾਰ ਝਾੜੂ ਫੇਰ ਕੇ ਸਾਮਰਾਜ ਦਾ ਸਾਮਰਾਜ ਦਾ ਸਾਮਰਾਜ ਦਾ। ਜਿੰਨੀਆਂ ਕਿਤਾਬਾਂ ਮੈਨੂੰ ਜੇਲ੍ਹ ਚ ਰਹਿ ਕੇ ਪੜ੍ਹਨ ਦਾ ਮੌਕਾ ਮਿਲਿਆ ਨਾ, ਇੰਨੀਆਂ ਤਾਂ ਮੈਂ ਜੇਲ੍ਹ ਤੋਂ ਬਾਹਰ ਨਹੀਂ ਸੀ ਪੜ੍ਹ ਸਕਿਆ, ਨਾਲੇ ਇੱਥੇ ਪੜ੍ਹਨ ਤੋਂ ਸਿਵਾ ਹੋਰ ਕੰਮ ਵੀ ਕੀ ਹੈ? ਤੁਸੀਂ ਇੰਨੀਆਂ ਕਿਤਾਬਾਂ ਪੜ੍ਹ ਵੀ ਲੈਂਦੇ ਹੋ ਤੇ ਵੇਖ ਕੇ ਵਾਪਸ ਕਰ ਦਿੰਦੇ ਹੋ, ਜਿੰਨੀਆਂ ਵੀ ਕਿਤਾਬਾਂ ਮੈਂ ਪੜ੍ਹਨ ਪਿੱਛੋਂ ਵਾਪਸ ਭੇਜਦਾ
ਉਹਨਾਂ ਚੋਂ ਕਿਸੇ ਵੀ ਇੱਕ ਚੈਪਟਰ ਬਾਰੇ ਮੈਨੂੰ ਪੁੱਛ ਵੇਖੋ। ਜ਼ਿੰਦਗੀ ਦਾ ਐਡਾ ਵੱਡਾ ਇਮਤਿਹਾਨ ਦੇ ਰਹੇ ਬਾਦਲ ਨੂੰ ਅਸੀਂ ਇੱਕ ਛੋਟੇ ਜਿਹੇ ਇਮਤਿਹਾਨ ਵਿੱਚ ਪਾਈਏ, ਇਹ ਸਾਡੇ ਲਈ ਸ਼ਰਮਨਾਕ ਗੱਲ ਹੋਈ। ਮੈਨੂੰ ਤੁਹਾਡੇ ਪੰਡ ਦੀ ਰਫ਼ਤਾਰ ਤੇ ਕੋਈ ਸ਼ੱਕ ਨਹੀਂ, ਮੈਂ ਤਾਂ ਸਿਰਫ ਆਪਣੀ ਹੈਰਾਨੀ ਇਜ਼ਹਾਰ ਕਰ ਰਿਹਾ। ਤਾਰੀਫ ਲਈ ਬਹੁਤ ਬਹੁਤ ਸ਼ੁਕਰੀਆ ਖਾਨ ਸਾਹਿਬ। ਪੰਜ ਸਿੰਘ, ਤੁਹਾਡੇ ਪ੍ਰਤੀ ਮੇਰੇ ਰਵੱਈਏ ਕਾਰ ਸਰਕਾਰ ਭਾਵੇਂ ਮੇਰੇ ਨਾਲ ਖਫਾ ਜ਼ਰੂਰ ਹੈ, ਪਰ ਫਿਰ ਵੀ ਮੈਂ ਤੁਹਾਡੇ ਤੋਂ ਹਰ ਵਾਰ ਪੁੱਛਦਾ ਰਹਾਂਗਾ। ਕੋਈ ਸਾਡੇ ਲਾਇਕ ਸੇਵਾ ਹੋਵੇ ਤਾਂ ਜ਼ਰੂਰ ਦੱਸੋ, ਕੋਈ ਤੁਹਾਡੀ ਖੁਆਇਸ਼ ਜਿਸ ਨੂੰ ਮੈਂ ਪੂਰੀ ਕਰ ਸਕਦਾ। ਹੁਣ ਤਾਂ ਇੱਕੋ ਇੱਕ ਖੁਆਇਸ਼ ਹੈ ਖਾਨ ਸਾਹਿਬ ਕਿ ਸਾਡੀ ਫਾਂਸੀ ਕਿਸੇ ਤਰ੍ਹਾਂ ਨਾ ਰੁਕੇ, ਅਸੀਂ ਹੱਸਦਿਆਂ ਹੱਸਦਿਆਂ ਫਾਂਸੀ ਦੇ ਤਖ਼ਤੇ ਉੱਤੇ ਝੂਲ ਜਾਈਏ ਤੇ ਸਾਡੀ ਮੌਤ ਅੰਗਰੇਜ਼ ਸਾਮਰਾਜ ਦੇ ਤਾਬੂਤ ਤੇ ਆਖਰੀ ਕਿੱਲ ਸਾਬਤ ਹੋਵੇ ਤੇ ਮੇਰਾ ਪਿਆਰਾ ਵਤਨ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਹੋ ਜਾਵੇ। ਭਗਤ ਸਿੰਘ, ਇਨਸਾਨ ਦੀਆਂ ਮਨ ਤੋਂ ਪਹਿਲਾਂ ਕੁਝ ਖੁਆਇਸ਼ਾਂ ਹੁੰਦੀਆਂ ਨੇ, ਕਿਸੇ ਨੂੰ ਮਿਲਣ ਦੀ, ਕੁਝ ਖਾਣ ਦੀ, ਕੁਝ ਪਹਿਨਣ ਦੀ। ਕੀ ਤੁਸੀਂ ਆਪਣੀਆਂ ਸਾਰੀਆਂ ਖੁਆਇਸ਼ਾਂ ਖਤਮ ਕਰ? ਖੁਆਇਸ਼ਾਂ ਤਾਂ ਹੁੰਦੀਆਂ ਨੇ ਖਾਨ ਸਾਹਿਬ, ਪਰ ਇਹ ਪੂਰੀਆਂ ਨਹੀਂ ਹੁੰਦੀਆਂ। ਤੁਸੀਂ ਦੱਸੋ ਤਾਂ ਪਰ ਖੁਦਾ, ਸ਼ਾਇਦ ਮੈਂ ਕੁਝ ਕਰ ਸਕਾਂ। ਇੱਕ ਖੁਆਇਸ਼ ਹੈ ਪਰ ਮੈਂ ਜਾਣਦਾ ਕਿ ਉਹ ਤੁਹਾਡੇ ਬਸ ਤੋਂ ਬਾਹਰ ਹੈ। ਕਾਸ਼ ਕੋਈ ਮੈਨੂੰ ਮੇਰੇ ਮਰਨ ਤੋਂ ਪਹਿਲਾਂ ਮੇਰੇ ਮਹਿਬੂਬ ਚਾਚਾ ਸਰਦਾਰ ਅਜੀਤ ਸਿੰਘ ਨੂੰ ਮਿਲਾ ਦੇਵੇ, ਜਿਨ੍ਹਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਮੈਂ ਇਸ ਇਸ਼ਕ ਦੀ ਵਾਦੀ ਦੇ ਵਿੱਚ ਪੈਰ ਧਰਿਆ ਤੇ ਜਿਨ੍ਹਾਂ ਦੇ ਪਿਆਰ ਨੇ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾ ਦਿੱਤਾ। ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ। ਸ਼ੁਕਰੀਆ ਖਾਨ ਸਾਹਿਬ। ਕੋਈ ਹੋਰ ਖੁਆਇਸ਼? ਜੇ ਤੁਸੀਂ ਆਪਣੀ ਉਦਾਸੀ ਦੀ ਚੱਕਰ ਤੋਂ ਬਾਹਰ ਆਵੋ ਤਾਂ ਮੈਂ ਤੁਹਾਨੂੰ ਆਪਣੀ ਅਗਲੀ ਖੁਆਇਸ਼ ਵੀ ਦੱਸਾਂ। ਚਲੋ, ਜੇ ਤੁਸੀਂ ਆਪਣੀ ਉਦਾਸੀ ਨਾ ਦੂਰ ਕਰ ਸਕੇ ਤਾਂ ਮੇਰੀ ਗੱਲ ਸੁਣ ਕੇ ਜ਼ਰੂਰ ਮੁਸਕਰਾਓਗੇ। ਹਜੇ ਮੁਸਕਰਾਏ ਨਾ ਤਾਂ ਹੈਰਾਨ ਤਾਂ ਜ਼ਰੂਰ ਹੋਵੋਗੇ। ਦੱਸੋ ਬਰਫੁਰਾ, ਹੁਣੇ ਹੁਣੇ ਤੁਸੀਂ ਖਾਣ ਪੀਣ ਦੀ ਇੱਛਾ ਦੀ ਗੱਲ ਕੀਤੀ ਸੀ ਨਾ ਬਈ? ਵੈਸੇ ਤਾਂ ਮੈਨੂੰ ਬੰਗਾਲੀ ਰਸਗੁੱਲੇ ਬਹੁਤ ਪਸੰਦ ਹੈ ਤੇ ਸਮੇਂ ਸਮੇਂ ਤੇ ਮੇਰੇ ਦੋਸਤ ਜੇਲ੍ਹ ਤੇ ਅਦਾਲਤ ਦੇ ਵਿੱਚ ਭੇਜਦੇ ਵੀ ਰਹੇ ਹੈ, ਪਰ ਜੋ ਹੁਣ ਖਾਣ ਦੀ ਇੱਛਾ ਪੈਦਾ ਹੋ ਰਹੀ ਹੈ ਨਾ ਖਾਨ ਸਾਹਿਬ, ਉਹ ਹੈ ਮਾਂ ਦੇ ਹੱਥਾਂ ਦੀ ਪੱਕੀ ਰੋਟੀ। ਮੈਂ ਅੱਜ ਇਸ ਦਾ ਪ੍ਰਬੰਧ ਕਰ ਦਿਆਂਗਾ, ਮੈਂ ਤੁਹਾਡੇ ਪਿੰਡ ਅੱਜ ਹੀ ਸੁਨੇਹਾ ਭਜਵਾਂਗਾ। ਇਹਦੀ ਕੋਈ ਲੋੜ ਨਹੀਂ ਹੈ ਖਾਨ ਸਾਹਿਬ, ਮਾਂ ਤਾਂ ਮੇਰੇ ਕੋਲੇ, ਬੇਬੇ ਤਾਂ ਰੋਜ਼ ਆਉਂਦੀ ਹੈ ਇੱਥੇ। ਮੈਂ ਕਿਹਾ ਸੀ ਨਾ ਕਿ ਤੁਸੀਂ ਹੈਰਾਨ ਹੋਵੋਗੇ। ਖੈਰ, ਮੈਂ ਤੁਹਾਨੂੰ ਜ਼ਿਆਦਾ ਦੇਰ ਹੈਰਾਨ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਉਹ ਭੰਗੀ ਹੈ ਨਾ, ਉਹ ਜਿਹੜਾ ਮੇਰੀ ਕੋਠੀ ਦੀ ਸਫਾਈ ਕਰਦਾ ਹੈ। ਬੋਗਾ? ਹਾਂ ਹਾਂ, ਬੋਗਾ, ਬਸ ਉਹੀ ਹੈ ਮੇਰੀ ਬੇਬੇ। ਉਹਨੂੰ ਕਿੰਨੀ ਵਾਰੀ ਆਖਿਆ ਕਿ ਭਾਈ ਆਪਣੇ ਹੱਥਾਂ ਦੀ ਪੱਕੀ ਰੋਟੀ ਖਵਾ ਦੇ, ਪਰ ਇਹ ਜੇਲ੍ਹ ਦੇ ਕਾਇਦੇ ਕਾਨੂੰਨ ਹੀ ਏਦਾਂ ਦੇ ਆ ਵੀ ਜੇਲ੍ਹ ਅਧਿਕਾਰੀਆਂ ਦੀ ਮਰਜ਼ੀ ਬਿਨਾਂ ਕੈਦੀ ਤੱਕ ਕੁਝ ਖਾਣ ਦੀ ਫੌਜ ਵੀ ਧਰ ਹੀ ਸਕਦਾ। ਮੈਂ ਕਿਹਾ ਸੀ ਨਾ ਕਿ ਤੁਸੀਂ ਮੁਸਕਰਾ ਪਾਓਗੇ, ਪਰ ਤੁਸੀਂ ਤਾਂ ਹੱਸ ਵੀ ਹੋਏ। ਨਹੀਂ ਨਹੀਂ ਸਾਹਿਬ, ਭਗਤ ਸਿੰਘ ਤੁਹਾਡੀਆਂ, ਪਰ ਇੱਕ ਸ਼ਿਕਾਇਤ ਮੈਨੂੰ ਤੇਰੇ ਨਾਲ ਜ਼ਰੂਰ ਆਉਂਦੀ, ਕਿ ਤੁਸੀਂ ਮੇਰੀ ਗੱਲ ਨਹੀਂ ਮੰਨੀ। ਮੈਂ ਤੁਹਾਡੇ ਸੁਝਾਉ ਦਾ ਪੂਰਾ ਸਤਿਕਾਰ ਕਰਦਾ ਖਾਨ ਸਾਹਿਬ, ਪਰ ਮੈਂ ਸਮਝਦਾ ਕਿ ਦੁੱਖ ਤਕਲੀਫਾਂ ਹੀ ਬੰਦੇ ਨੂੰ ਸੰਪੂਰਨ ਬਣਾਉਂਦੀਆਂ ਨੇ। ਇਸ ਸਮੇਂ ਸਾਡੀ ਮੌਤ ਸਾਡੇ ਨਿਸ਼ਾਨੇ ਦੀ ਪੂਰਤੀ ਲਈ ਜ਼ਿਆਦਾ ਚੰਗੀ ਸਾਬਤ ਹੋ ਸਕਦੀ ਹੈ ਕਿ ਅਸੀਂ ਇਹ ਫੈਸਲਾ ਕਰ ਲਿਆ ਕਿ ਸਾਨੂੰ ਠੰਡੇ ਦਿਲ ਨਾਲ ਫਾਂਸੀ ਦੀ ਉਡੀਕ ਕਰਨੀ ਚਾਹੀਦੀ ਹੈ। ਭਗਤ ਸਿੰਘ, ਮੈਨੂੰ ਯਾਦ ਨਹੀਂ ਆਉਂਦਾ ਕਿ ਮੈਂ ਕਿਸੇ ਦੀ ਮਰਕਤ ਤੋਂ ਵੀ ਕਦੇ ਇੰਨਾ ਉਦਾਸ ਵਾਪਸ ਪਰਤਿਆ ਹੁੰਦਾ, ਜਿੰਨਾ ਹਰ ਵਾਰ ਤੈਨੂੰ ਇਸ ਕੋਠੜੀ ਵਿੱਚ ਮਿਲ ਕੇ ਵਾਪਸ ਆਇਆ। ਅੱਛਾ ਬਸ ਗੁਰਦਾਰ, ਫਿਰ ਵੀ ਮੈਂ ਤੇਰੀ ਲੰਮੀ ਉਮਰ ਲਈ ਦੁਆ ਕਰਾਂਗਾ। ਇਹ ਕਿਹੜਾ ਜੋ ਮੌਤ ਨਾਲ ਖੇਡੇ, ਜ਼ਿੰਦਗੀ ਦਾ ਪਾਸਾ ਸੁੱਟ ਕੇ, ਇਹ ਕਿਹੜਾ ਜੋ ਤੇਰਾ ਭੇਦ ਨਾ ਚੰਦਰਿਆ ਆਇਆ, ਤੇਰਾ ਭੇਦ ਨਾ, ਤੇਰਾ ਭੇਦ ਨਾ ਚੰਦਰਿਆ ਆਇਆ, ਤੂੰ ਕਿਹੜੇ ਰੰਗ ਰਹੇ ਸਜਣਾ, ਵੇ ਤੇਰਾ ਭੇਦ ਨਾ, ਵੇ ਤੇਰਾ ਭੇਦ ਨਾ, ਵੇ ਤੇਰਾ ਭੇਦ ਨਾ। ਉਸਦੇ ਲੋਕ ਆਪਣੀ ਕੁਦਰਤੀ ਮੌਤ ਤੋਂ ਪਹਿਲਾਂ ਹੀ ਕਈ ਵਾਰ ਮਰ ਜਾਂਦੇ ਆ, ਪਰ ਵੀਰ ਲੋਕ ਜੀਵਨ ਵਿੱਚ ਕੇਵਲ ਇੱਕ ਵਾਰ ਮੌਤ ਦਾ ਸਵਾਦ ਲੈਂਦੇ ਨੇ। ਮੈਨੂੰ ਸਭ ਤੋਂ ਵੱਧ ਇਸ ਗੱਲ ਦੀ ਹੈਰਾਨੀ ਹੈ ਕਿ ਮਨੁੱਖ ਮੌਤ ਤੋਂ ਡਰਦਾ ਹੈ ਜਦੋਂ ਕਿ ਹਰ ਇੱਕ ਨੂੰ ਪਤਾ ਹੈ ਕਿ ਉਹ ਆਏਗੀ
ते जरूर आएगी। सारा ओ क्यों सवेरे सवेरे मौत मौत कर रहे हैं? मैं तो सुने गांधी जी का सरकार नाल समझौता हो गया, जेलां च सत्याग्रही छड़े जा रहे हैं, ते हुण तां सुने भाई आ ठोडिया फांसी दी सजा भी कट जाएगी। साडी फांसी नहीं चलेगी बेबे, अते ना ही असीं चाहुंदे आ कि इह कड़े ओ ठोडे तो बिना बथेरे पैंदी आ इत्थे जिहड़े दिन रात दुआवां करदे भई किवें ना किवें साडी फांसी टाके। तुसीं ओ तरी ते तरी बैठे हो। तू बिल्कुल ठीक आखदी आ बेबे, असीं हसदिआं हसदिआं फांसी दे तख्ते उत्ते लटक के दुनिया नूं दिखा देंगे कि भारत दे सच्चे इनकलाबी अपने निशाने दी पूर्ति लई किस तरह मौत नूं जफ्फी पा सकदे आ। सरदार जदों कल मैनूं पता लग्गिआ ना भाई भाई तुहाडी फांसी दी सजा टल जाएगी सौ महाराज दी, मैं तां अपने बच्चां दी मां नाल गल कीती भाई वो देख सुखी फिरदी है बाहर हर बच्चा वो हर बुढ़ा वो थोड़िया लम्मी उम्र दिया लई दुआवां करदा है। इत्थे तुसीं हो मौत नूं बाजा मारदे हो, आ जा पहला मैनू लग जा। ना भाई तू मैनू ए तां दस जिंदगी तो इन्ना निर्मोहा क्यों हो गए? निर्मोहा ओए साथों वध जिंदगी नूं कौन प्यार कर सकदा बोगिया? जिंदगी बहुत खूबसूरत है, इनू होर खूबसूरत बनाया जाना चाहिए है। ते असी इनू होर सोहना बना रहे हैं। पर मर के तो नहीं भाई, असी जवानी ते जीवन की खूबसूरती तो चंगी तरह वाकिफ हाँ, पर इस अन्याय भरे समाज में रहने की बजाय असी मौत नू कबूल किया है। बस इच्छा यही है कि साड़ी मौत आ जिंदगी का कुछ सवार सके। चंगा तू कहड़ा गल्लां च किसे नू आउण दिंदा? ले आ कातकी जी तेरे जेल विच बेलियां ने फड़ाई सी कोई खुशी दी गल है? नहीं नहीं कुछ नहीं है। ना दस मैं केड़ा तेरी माछी दा मुंडा? ओए वो लिखदे ने जे तुसी चाहो ता तुहानू बचाया जा सकदा है। देखिया तो तारा मैं तेनू कहा सी ना भाई हुण ता थोड़ी फांसी दी सजा ना टली लै। बस उहनां नू मेरा सुनेहा दे दूं क्या आखी के जिउंदे रहण दी इच्छा कुदरती मेरे विच भी है। मैं इनू छुपाउणा नहीं चाहुंदा पर मैं कैद होके जिउंदे रहना भी नहीं चाहुंदा। मेरा नाम हिंदुस्तानी इनकलाबी पार्टी का निशान बन चुके है। पार्टी के आदर्श अते कुर्बानियां ने मैनू इन्ना उच्चा कर दिता कि जिउंदे रहण की सूरत मैं इस तो उच्चा नहीं सी हो सकता। जेकर अज मैं फांसी की सजा तो बच गया तो इनकलाब का चिन्ह मध्यम पै जाएगा, पर मेरे हसदिया हसदिया फांसी लगन की सूरत विच हिंदुस्तानी मामा चाहणगियां कि उन्हां दे बच्चे भी भगत सिंह जहे बनन। देश की आजादी लई बलिदान देण वालियां दी गिणती इन्नी बढ़ जाएगी कि इनकलाब नूं रोकणा साम्राज दी सारी शैतानी ताकत दे बस दी गल नहीं रहेगी। गल तां सरदारा मैं तेरी सारी समझ गया भाई, पर इन्ना कुछ मैं तो बोल के नहीं दस होना। तू ऐ कर इन्ने कातकी दे पिछे लिख दे, पहले मैं तबाही कर देना भाई। हां मैं लिख लैंदा। मैनू बड़ा साहब कहिंदा मैं हां जी साहब जी, कहिंदा मैनू भगत सिंह ने कहा भी उन्हें तेरे हत्थां दियां बड़ियां रोटियां खालियां ने। ना सरदारा मेरे हाथ पर आए हो जे किथे ने जिन्ना दियां बड़ियां रोटियां तुसी खाओ। क्यों की होया तेरे हाथां नूं? फेर बार बार ओही गल भाई, जदों थोड़ा राज आ गया ना मेरे हाथ भावे कासे जोगे हो जा। पर जदों तक हथे ना हथा नाल नहीं मिलदे राज किवें आजू बोगिया? तेरा राज तेरे हाथां ने लियाउणा, तेरा राज तेरे हाथां ने लियाउणा। ओए हाथ ते सुत मित्रा, ओए हाथ ते सुत मित्रा, तेरा राज मेरे टुट जानियां गुलामी दियां कड़ियां, टुट जानियां गुलामी दियां कड़ियां। जदों ओए हाथ मुक्के बण गए, जदों ओए हाथ मुक्के बण गए टुट जानियां। ਮੈਨੂੰ ਪਤਾ ਲੱਗਾ ਕਿ ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰ ਨੂੰ ਮਿਲਣ ਦੀ ਆਗਿਆ ਨਹੀਂ ਮਿਲੀ, ਇਸ ਲਈ ਮੈਂ ਵੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਮਿਲਾਂਗਾ।
उन्होंने अपने परिवार नाल मिलदी जात मिल गई है, तुसी भी अपनी माता जी नूं मिल लो। मेरा रंग दे, मेरा रंग दे, मेरा रंग दे बसंती चोला माए, रंग दे बसंती चोला। मेरा रंग दे, मेरा रंग दे, मेरा रंग दे बसंती चोला माए, रंग दे बसंती चोला। ऐसे ही बचपन तो बसंती चोला के गीत गाया करता थी। बसंती चोला कौन आया नु आ काल कोट के नहीं सौंप दिया, वो तो हाथ से तलवार फड़ के जंग के मैदान च लड़ते ने। मां मैं अपने हिस्से की लड़ाई लड़ चुका हूं, पर पुत्र तू इस काल कोट के चला नहीं, तू अपने नाल एक बगावत नु बन्नी बैठा है। ਸਾਮਰਾਜ ਦਾ ਨਾਮੋ ਨਿਸ਼ਾਨ ਮਿਟਾ ਦੇਣਗੇ। ਪਰ ਪਤਾ ਨਹੀਂ ਕਿਉਂ ਤੇਰੀ ਵਾਰੀ ਆ ਕੇ ਮੇਰਾ ਸਬਰ ਮੁੱਕ ਜਾਂਦਾ ਹੈ। ਇੱਕ ਮੈਂ ਹੀ ਨਹੀਂ ਹੋ ਦਿਲਗੀਰ ਹੋਈ, ਨਹੀਂ ਉਹ ਕੱਲੀ ਦਾ ਕਾਲਜਾ ਮੱਚਿਆ ਵੇ, ਸਾਰੇ ਜੱਗ ਜਹਾਨ ਨੂੰ ਫਿਕਰ ਤੇਰਾ। ਤੈਨੂੰ ਮਾਰ ਦੇਣਾ ਉਹਨਾਂ ਬੱਚਿਆਂ ਵੇ, ਜੱਗ ਜੀਵਣਾ ਤੈਨੂੰ ਦਰਕਾਰ ਕਿਉਂ ਨਾ, ਰੋਸ ਰਗਾਂ ਦੇ ਵਿੱਚ ਕੀ ਰਚਿਆ ਵੇ, ਉਹ ਤੈਨੂੰ ਖੁੱਲ ਕੇ ਕਿਵੇਂ ਮੈਂ ਗੱਲ ਪੁੱਛਾਂ। ਪੁੱਤਰ ਝੂਠਿਆ ਵੇ ਜੱਗ ਤੋਂ ਸੱਚਿਆ ਵੇ, ਪੁੱਤਰਾ ਝੂਠਿਆ ਵੇ ਜੱਗੋਂ ਸੱਚਿਆ ਵੇ। ਕੁਝ ਤੈਨੂੰ ਹੀ ਪੁੱਤਰ ਦੇ ਪਿਆਰ ਨੇ ਜ਼ਿਆਦਾ ਜਕੜਦੇ ਆ, ਬਹੁਤ ਮੋਹ ਹੈ ਮੈਨੂੰ ਜ਼ਿੰਦਗੀ ਨਾਲ, ਪਰ ਮੇਰਾ ਮੋਹ ਸੀਮਤ ਨਹੀਂ ਹੈ ਮਾਂ। ਮੇਰਾ ਦੇਸ਼, ਇਹਦੇ ਆ ਲੋਕ, ਇੰਨਾ ਮੋਹ ਆ ਮੇਰਾ ਇਹਨਾਂ ਨਾਲ ਕਿ ਮੈਂ ਇਹਨਾਂ ਨੂੰ ਦੁਖੀ ਤੇ ਗੁਲਾਮ ਨਹੀਂ ਵੇਖ ਸਕਦਾ। ਸੋਚਦਾ ਕਿ ਇਹਨਾਂ ਲਈ ਕੁਝ ਕਰ ਜਾਵਾਂ, ਪਰ ਕਿਹੜੀ ਉਮਰ ਦੀ ਦੱਸ ਰਿਹਾ ਨੇ ਪੁੱਤ, ਛੋਟੀ ਉਮਰ ਚ ਹੀ ਖਾਣ ਪੀਣ ਮੁਕਾ ਲਿਆ, ਚਾਰ ਦਿਨ ਦਾ ਹੱਸ ਖੇਡ ਜਾਂਦਾ। ਮਾਂ ਗੁਲਾਮਾਂ ਦਾ ਜੀਣਾ ਵੀ ਕੋਈ ਜੀਣਾ ਹੁੰਦਾ, ਭੈਣਾਂ ਦੀ ਰੁੱਤ ਚ ਹਾਸਿਆਂ ਨੂੰ ਫੁੱਲ ਨਹੀਂ ਪੈਂਦੇ ਮਾਂ। ਤੇਰਾ ਪੁੱਤ ਬਹਾਰਾਂ ਲਈ ਲੜ ਰਿਹਾ, ਜੇ ਜਵਾਨ ਇਹ ਲੰਮੀਆਂ ਤਣ ਕੇ ਸੌ ਜਾਣ ਫਿਰ ਦੇਸ਼ ਲਈ ਕੌਣ ਮਰ ਮਿਟੇਗਾ। ਪਰ ਮਾਵਾਂ ਮਰਾਉਣ ਲਈ ਤਾਂ ਪੁੱਤ ਨਹੀਂ ਜਾਂਦੀਆਂ ਹੁੰਦੀਆਂ, ਪੁੱਤਰ ਤਾਂ ਬੁਢਾਪੇ ਦਾ ਸਹਾਰਾ ਹੁੰਦੇ ਨੇ। ਹੱਥੇ ਪੈਰ ਪੋਸ ਕੇ ਤੈਨੂੰ ਕਿਵੇਂ ਕਹਿ ਦੇ ਵਿਚਾਰ। ਮਾਂ ਯਾਦ ਕਰ ਉਹਨੂੰ ਜਿਹਨੇ ਚਾਰ ਵਾਰ ਦਿੱਤੇ ਸੀ ਤੇ ਤੂੰ ਇੱਕ ਨਹੀਂ ਵਾਰ ਸਕਦੀ। ਇੱਕ ਪੁੱਤ ਦਾ ਅਸੀਂ ਸਵਾਲ ਪਾਇਆ, ਉਹ ਮਾਤਾ ਬਹੁਤ ਆ ਪੁੱਤਰਾਂ ਵਾਲੀਏ ਨੀ, ਉਹ ਵੀ ਪੁੱਤ ਸਨ ਆਪਣੇ ਮਾਪਿਆਂ ਦੇ। ਹਾਂ ਗਦਰੀ ਬਾਬੇ ਸਰਾਬੇ ਸਰਹਾਲੀਏ ਨੀ, ਮੇਰੇ ਚਾਚੇ ਅਜੀਤ ਸਿੰਘ ਆਖਿਆ ਸੀ, ਮਰ ਕੇ ਆਪ ਤੋਂ ਲੋਕ ਜਿਵਾਲੀਏ ਨੀ, ਉਹ ਸਾਨੂੰ ਦੇਸ਼ ਦੇ ਵਾਸਤੇ ਦਾਨ ਕਰਦੇ। ਝੋਲੀ ਅੱਡ ਦੇ ਪੁੱਤ ਸਵਾਲੀਏ ਨੀ, ਝੋਲੀ ਅੱਡ ਦੇ। ਆਸ਼ੀਰਵਾਦ ਦੇ, ਤੇਰਾ ਪੁੱਤ ਤੇਰੀ ਕੁੱਖ ਸੁਲੱਖਣੀ ਕਰਨ ਜਾ ਰਿਹਾ। ਜੀ ਤਾਂ ਕਰਦਾ,
ਕੀ ਕਰਦਾ ਤੈਨੂੰ ਕਿਤੇ ਲੁਕੋਲਾ ਆਪਣੇ ਅੰਦਰ ਸਮੋਲਾ ਲੈ ਜਾ ਕਿਤੇ ਦੂਰ ਭੱਜਾ ਮੈਂ ਇਹਨਾਂ ਗੱਲਾਂ ਦਾ ਕੀ ਫਾਇਦਾ ਜੇ ਭੱਜਣਾ ਹੀ ਹੁੰਦਾ ਤਾਂ ਕਿਹੜੀ ਜੇਲ੍ਹ ਸੀ ਜੋ ਮੈਨੂੰ ਰੋਕ ਸਕਦੀ ਸੀ ਪਰ ਤੇਰਾ ਪੁੱਤ ਤਾਂ ਆਪ ਉਸੇ ਰਸਤੇ ਜਾ ਰਿਹਾ ਵਾ ਇਸ ਲਈ ਤੂੰ ਮੈਨੂੰ ਫਸ ਕੇ ਤੋੜ ਨਹੀਂ ਰੋਂਦੀ ਬਸ ਪਰ ਪੂਰੇ ਜਹਾਨ ਦੇ ਫਿਕਰ ਕਰਨ ਆਇਆ ਚਾਰ ਗੱਲਾਂ ਆਪਣੇ ਘਰ ਪਰਿਵਾਰ ਬਾਰੇ ਵੀ ਕਰ ਲੈ ਸਾਰੇ ਜਹਾਨ ਚ ਮੇਰਾ ਘਰ ਵੀ ਸ਼ਾਮਲ ਹੈ ਬੇਬੇ ਬਸ ਅਸੀਂ ਯਾਦ ਆਇਆ ਬਾਬਾ ਜੀ ਹੁਣ ਬਹੁਤ ਬਜ਼ੁਰਗ ਹੋ ਗਏ ਹੋਣਗੇ ਮੇਰੀ ਮੌਤ ਦੀ ਖਬਰ ਤੋਂ ਬਾਅਦ ਉਹ ਜ਼ਿਆਦਾ ਦੇਰ ਜੀ ਨਹੀਂ ਸਕਣਗੇ ਤੁਸੀਂ ਉਹਨਾਂ ਕੋਲ ਜਾ ਕੇ ਬੰਗੇ ਹੀ ਰਹੋ ਤੇਰੀ ਹਰ ਗੱਲ ਮੰਨਾਂਗੇ ਪੁੱਤ ਕੋਈ ਹੋਰ ਗੱਲ ਬੇਬੇ ਤੈਨੂੰ ਤਾਂ ਖੁਸ਼ੀ ਦੀ ਗੱਲ ਦੱਸਾਂ ਮੇਰਾ ਭਾਰ ਵੱਧ ਗਿਆ ਹੈ ਮੈਨੂੰ ਇਹਦਾ ਕੀ ਪਾ ਕੋਈ ਹੋਰ ਗੱਲ ਕਰ ਸਰਦਾਰ ਭਗਤ ਸਿੰਘ ਮੁਲਾਕਾਤ ਦਾ ਸਮਾਂ ਖਤਮ ਹੋਇਆ ਬੇਬੇ ਮੇਰੀ ਆਖਰੀ ਗੱਲ ਸੁਣ ਤੇ ਜਾ ਤੈਨੂੰ ਤੈਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲਾਸ਼ ਲੈਣ ਤੂੰ ਨਾ ਆਈ ਜੇ ਤੂੰ ਆਏਗੀ ਤਾਂ ਰੋ ਪਏਗੀ ਲੋਕ ਆਖਣਗੇ ਕਿ ਭਗਤ ਸਿੰਘ ਦੀ ਮਾਂ ਰੋ ਰਹੀ ਹੈ ਕੁਲਵੀਰ ਨੂੰ ਭੇਜਦੀ ਮਾਂ ਨਾਲੇ ਜੇ ਤੂੰ ਆਏਗੀ ਤਾਂ ਹੋ ਸਕਦਾ ਹੈ ਬੇਹੋਸ਼ ਹੀ ਹੋ ਜਾਏ ਲੋਕ ਤੈਨੂੰ ਸਾਂਭਣ ਕੇ ਜਾਂ ਫਿਰ ਲਾਸ਼ਾਂ ਨੂੰ ਬਸ ਇਹੀ ਮੇਰੀ ਅੰਤਿਮ ਇੱਛਾ ਹੈ ਮਾਂ ਪੂਰੀ ਕਰ ਦੇ ਤੂੰ ਮੇਰੀ ਫਿਕਰ ਨਾ ਕਰ ਪੁੱਤ ਮੈਂ ਨਹੀਂ ਰੋਵਾਂਗੀ ਮੈਂ ਤਾਂ ਸਦਾ ਇਹੋ ਕਹਾਂਗੀ ਕਿ ਜੁਗ ਜੁਗ ਜੀ ਜਵਾਨੀਆਂ ਮਾਲ ਤੇਰਾ ਪੁੱਤ ਸਦਾ ਹੀ ਜਵਾਨ ਰਹੇਗਾ ਬੇਬੇ ਤੇ ਜੁਗ ਜੁਗ ਵੀ ਜੀਏਗਾ ਨਿਤਵਾਰ ਦੇ ਪੁੱਤ ਨੂੰ ਖਿੜੇ ਮੱਥੇ ਮੁੱਕ ਜਾਏਗਾ ਦੇਸ ਦਾ ਕੋੜ ਮਾਏ ਸਾਨੂੰ ਪਾਉਣ ਦੇ ਮਾਣ ਸ਼ਹੀਦੀਆਂ ਦਾ ਸਾਨੂੰ ਹੱਸਦਿਆਂ ਹੱਸਦਿਆਂ ਪਲ ਪਲ ਵਧਦਾ ਹੀ ਜਾਵੇ ਭਾਵੇਂ ਮੌਤ ਦਾ ਸਾਰਾ ਵੇਖ ਰਿਹਾ ਚਿਰ ਹਰੇ ਸੂਰਜ ਵੀ ਚੜਿਆ ਸੂਰਜ ਵੀ ਚੜਿਆ ਸੂਰਜ ਵੀ ਕੀ ਗੱਲ ਹੋ ਗਿਆ ਅੱਜ ਨਾ ਕੋਈ ਦੁਆ ਨਾ ਸਲਾਮ ਆਉਂਦੇ ਹੀ ਘੱਟਾ ਡਾਉਣ ਲੱਗ ਗਿਆ ਬਸ ਤੂੰ ਮੈਨੂੰ ਬੁਲਾ ਜਦੋਂ ਕੱਲ ਨੂੰ ਤੂੰ ਕਾਲ ਕੋਟੜੀ ਚਲਾ ਮਿਲਿਆ ਨਾ ਤੈਨੂੰ ਕੀ ਪਤਾ ਬਾਈ ਉੱਟਿਆ ਪਹਾੜ ਤੇ ਨਿਕਲਿਆ ਚੂਹਾ ਹੋਇਆ ਵੀ ਕੋਈ ਗੱਲ ਹੋਈ ਆਹੋ ਬਈ ਤੇਰੇ ਲਈ ਤਾਂ ਕੋਈ ਵੱਡੀ ਗੱਲ ਨਹੀਂ ਵੀ ਵਾਰੀ ਕਹਿੰਦਾ ਆਪਣੇ ਆਪ ਨੂੰ ਉਹ ਮੋ ਗਿਆ ਉਹ ਅੱਜ ਨੀ ਉਹ ਸਰਦਾਰ ਨਾਲ ਗੱਲ ਕਰਨੀ ਜੇ ਉਹ ਬੁਲਾਉ ਤਾਂ ਵੀ ਨਹੀਂ ਬੋਲਣਾ ਪਰ ਉਹਨੂੰ ਤਾਂ ਪੱਠਾ ਪੋਗਾ ਜਦੋਂ ਆਉਂਦਾ ਤੇਰੇ ਸਾਹਮਣੇ ਤੇਰੇ ਵਰਗਾ ਦਿਨ ਬੋਹਾ ਬੰਦਾ ਨਹੀਂ ਦੇਖਿਆ ਬਾਈ ਮੈਂ ਇਸ ਧਰਤੀ ਤੇ ਤੈਨੂੰ ਦੇਖ ਕੇ ਤਾਂ ਕਈ ਵਾਰ ਮੈਨੂੰ ਲੱਗਦਾ
भाई जिम्मे ना तेरा कोई आ रहा ना परिवार है ना कोई रिश्तेदार है। रिश्तेदार क्यों नहीं, मेरा खून का रिश्ता उन्होंने शहीदों नाला है जिमें खुदी राम बोस ते करतार सिंह सराबा। साडा खून इको थां तो आया ते इको थां ते जा रहा है। दूजा रिश्ता उन्हें गदरी बाबिया नाल है जिन्होंने असी जेल में रल के खून पसीना बहाया। ते तीजे रिश्तेदार वो होणगे जो इस खून पसीने नाल तैयार की हुई जमीन उपर नवी पीढ़ी के रूप पैदा होणगे ते इस मिशन नूं अगे लेके जाणगे। इस तो बिना होर कोई रिश्तेदार नहीं बेबे। चंगा भाई सरदारा, धन भाग भाई मेरे जेड़े नित दिहाड़े तेरे दर्शन होंदे रहे। देख भाई, बंदा तो मैं गरीब बना जा पर मेरे लायक जे कोई सेवा हुई ता भाई बनके जरूर दसी। सेवा तो है पर जे तू मन्ने ता मैं क्या तू दसता सही भाई, बस मेरे कर्म दी होवे ते मेरी बस दी है तेरे बस च। पर गल ता बनदी है जे पहली बार च हां कर दे। चल दस भाई, सौ महाराज दी मैं ता कर दूंगा। अपने इन्ना हथां दी पक्की रोटी खवा दे बेबे। अपने हथी रस्सा चुम के अपने घर विच पाइए। मेरे बस तो बाहर की गल है भगत सिंह, सरकार पहली मेरे नाल खफा खून है। मेरे बीवी बच्चों का तो ख्याल करो, यकीनन मेरी नौकरी जल्दी रहेगी। ठीक है, असी काले कपड़े पहन लैने पर कन्न तो हरगज नहीं पहनांगे। क्यों नहीं पाओगे? असी भारत मां तो बेमुख होकर नहीं जाना चाहते, ना ही हथकड़ी लगावांगे। बिना हथकड़ी मैं तुहानू किस तरह लेके जा सकता? डिप्टी कमिश्नर साहब मैनू नहीं बख्शन। क्यों नहीं खान साहब, सगो डिप्टी कमिश्नर साहब तां अपने आप नू खुशकिस्मत समझणगे जदों वेखणगे कि भारत दे इनकलाबी अपने निशाने की पूर्ति लई किस तरह मौत नू जफ्फी पा सकते हैं। चंगा साथियो, चलदा इम्तिहान दा समा आ गया। मैनू इंकलाब इंकलाब कदों लाई ते
कदों तू निभाई कदों लाई ते कदों तू निभाई वेखे ही तेरी यारी मित्रा बीमार सुत्या बीमार सुत्या बीमार सुत्या